ਸ੍ਰੀਕਾਲ ਜੀ ਸਾਰਿਆਂ ਨੂੰ ਜੀ ਸ੍ਰੀਕਾਲ ਅੱਜ ਸਾਡੇ ਭਾਜੀ ਹੁਣੇ ਗੁਰਪ੍ਰੀਤ ਸਿੰਘ ਮਿਲਣ ਆਏ ਆਪਾਂ ਜਾ ਰਹੇ ਹਾਂ ਜੀ ਸਪੀਲੀ ਰਾਈਡ ਤੇ ਵਿੰਟੇਜ ਰਾਈਡਰ ਯੂਟਿਊਬ ਚੈਨਲ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਭਾਜੀ ਹੁਣੇ ਆਪਾਂ ਨੂੰ ਮਿਲਣ ਆਏ ਆ ਇੱਥੇ ਨਵੇਂ ਸ਼ਹਿਰ ਇਹਨਾਂ ਵੈਲਕਮ ਕਰਦੇ ਹਾਂ ਹੋਰ ਭਾਜੀ ਕਿੱਦਾਂ ਜੀ ਠੀਕ ਠਾਕ ਜੀ ਭਾਜੀ ਬਿਲਕੁਲ ਠੀਕ ਭਾਜੀ 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 ਨੂੰ ਬੈਸਟ ਵਿਸ਼ੇਸ ਕਹਿਣ ਤੇ ਭਾਜੀ ਨੂੰ ਹੈਪੀ ਜਰਨੀ ਕਹਿਣ ਆਇਆ ਮੈਂ ਹਾਂਜੀ 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 ਤੇ ਮੈਂ ਕਿਹਾ ਭਾਜੀ ਨਾਲ ਕਈ ਚਿਰ ਹੋ ਗਿਆ ਸੀ ਮਿਲੇ ਨਹੀਂ ਤਾਂ ਹੁਣ ਪੈ ਗਿਆ ਮਿਲ ਕੇ ਭਾਜੀ ਨੂੰ चलो ठीक है फिर हेलो जी वेलकम अगेन विंटेज राइडर यूट्यूब चैनल देख रहे हैं आप जी। अभी हम हैं कुफरी में, देखो कुफरी का भाजी कितना लग रहा है कुफरी का तो वेदर जी। कुफरी का बहुत ही ऑसम वेदर है जी। हाँ जी देखो कि बदल तो धुंध का पता ही लग रहा भी की है सिस्टम है। मैं आप बदलों तो उपर आ गए है ना। हाँ जी हाँ देखो जी मैं पंजाब टेंपरेचर कितना होगा पाँह होना अड़ताली में ਪੰਜਾਬ ਟੈਂਪਰੇਚਰ 43 ਆ ਇੱਥੇ ਮੇਰੇ ਖਿਆਲ ਮਾਈਨਸ ਮੂਨ ਹੋਣਾ ਕਿ ਨਹੀਂ ਘਟਿਆ ਹੈ ਨਾ ਕਾਫੀ। ਦੇਖੋ ਜੀ ਨਜ਼ਾਰੇ ਆ ਸਾਡੇ ਹਾਥੀ ਖੜੇ ਦੇਖ ਲਓ ਸਿੰਘਾਂ ਦੇ ਘੋੜੇ ਖੜੇ ਆ ਹਾਂ ਐਨ ਤਿਆਰ ਬਰ ਤਿਆਰ ਕਿਉਂ ਭਾਅ ਜੀ ਬਾਕੀ ਤਾਂ ਆਪਣੇ ਟੱਪਾਂ ਅੱਗੇ ਦਿੰਦੇ ਹਾਂ ਠੀਕ ਹੈ ਦੇਖਣ ਨੂੰ ਤਾਂ ਕੁਛ ਹੈ ਨਹੀਂ ਖਾਸ ਇੱਥੇ ਸਿਰਫ ਤੁਹਾਨੂੰ ਬਾਹਰ ਦਿਖਾ ਲਿਆ ਸੀ ਬਈ ਬੱਦਲਾਂ ਤੋਂ ਉੱਪਰ ਆ ਗਏ ਅਸੀਂ ਅਤੇ ਵਧੀਆ ਵਧੀਆ ਮੌਸਮ ਆ ਠੰਡਾ ਮੌਸਮ ਆ ਨਜ਼ਾਰੇ ਕਰਦੇ ਹਾਂ ਠੀਕ ਹੈ ਜੀ ਓਕੇ ਜੀ ਬਾਏ ਬਾਏ। ਹੈਲੋ ਜੀ ਅਭੀ ਮੈਂ ਚਿਤਕੁਲ ਮੈਂ ਜੀ ਤੋ ਆਪਕਾ ਸਵਾਗਤ ਹੈ ਵਿੰਟੇਜ ਰਾਈਡਰ ਯੂਟਿਊਬ ਚੈਨਲ ਤਰਫ ਸੇ ਤੋ ਆਪ ਚਿਤਕੁਲ ਕਾ ਨਜ਼ਾਰਾ ਲੀਜੀਏ ਤੋ ਜੇ ਸਾਹਮਣੇ ਹੈ ਆਰਮੀ ਵੱਲੋਂ ਕਾ ਬੋਰਡਰ ਹੈ ਜੇ ਜੀ ਇੰਡੋ ਤਿਬਤਨ ਬੋਰਡਰ ਸਕਿਉਰਟੀ ਫੋਰਸ ਹੈ ਇਸਕੇ ਆਗੇ ਨਹੀਂ ਆਪ ਜਾ ਸਕਤੇ ਠੀਕ ਹੈ ਜੀ ਜੋ ਸਿਕਿਉਰਟੀ ਕਾ ਰੀਜ਼ਨ ਹੈ ਤੋ ਆਰਮੀ ਵਾਲੇ ਬੋਲ ਰਹੇ ਹੈ ਜੀ ਇਸ ਤਰਫ ਹੈ ਉੱਤਰਾਖੰਡ ਔਰ ਜਹਾਂ ਸੇ 30 ਕਿਲੋਮੀਟਰ ਹੈ ਚਾਈਨਾ ਜਿੱਧਰ ਸਾਹਮਣੇ ਆਦਮੀ ਖੜ੍ਹੇ ਹੈ ਲੈਫਟ ਸਾਈਡ ਮੈਂ ਚਾਈਨਾ ਹੈ ਔਰ ਰਾਈਟ ਸਾਈਡ ਮੈਂ ਹੈ ਉੱਤਰਾਖੰਡ ਠੀਕ ਹੈ ਜੀ ਜੇ ਚਿਤਕੁਲ ਕੇ ਨਜ਼ਾਰੇ तो अभी कैमरा ठीक हो गया इसकी बैटरी पर चार्ज हो गई है ये कुछ आर्मी वालों का डिलीवरी वगैरह सामान वगैरह आया खाना बनाया है जी ये है जी इंडो तिब्बतन बॉर्डर पुलिस। कैसा लगा सर आपको? बहुत बढ़िया बहुत बढ़िया। आप कैसा ठीक है? कहाँ से आ रहे हैं जी आप? चंडीगढ़ से आ रहे हैं। ओके जी ओके जी ओके ट्रक एंड ड्राइवर भाई है चंडीगढ़ से आ रहे हैं ठीक है जी ओके जी मिलते हैं फिर। हेलो गाइस विंटेज राइडर यूट्यूब चैनल तरफ से आप सबका स्वागत है। भैया कैसे आ गए हैं नाको? ये नाको जाते हुए नाको से 1 किलोमीटर दूर पहले का वाटरफॉल है जी आइए आप दिखाते हैं ये ऊपर से आ रहा है पानी और बिल्कुल फ्रेश वाटर है जी जी नाको जाने से पहले 1 किलोमीटर का ये वाटरफॉल है पहला वाटरफॉल है जी जी। ਭਾਅ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ? ਵਧੀਆ ਲੱਗ ਰਿਹਾ ਜੀ। ਤੁਸੀਂ ਲੇਹ ਦਾ ਗਏ ਤੁਸੀਂ? ਲੇਹ ਤੱਕ ਨਹੀਂ ਲੇਹ ਦਾ। ਭਾਅ ਜੀ ਮੈਂ ਲੇਹ ਦਾ ਮੈਂ ਵੀ ਗਿਆ ਹਣਾ ਉੱਥੇ ਦੇਖਣਾ ਜਿੱਦਾਂ ਇਹਨੂੰ ਕਹਿੰਦੇ ਜਿੱਦਾਂ ਨੇ ਘੁੰਮ ਕੇ ਆਉਂਦੇ ਆ ਇਹਨੂੰ ਗਟਾ ਲੂਪ ਕਹਿੰਦੇ ਆ ਲੂਪ ਕਹਿੰਦੇ ਆ ਉੱਥੇ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਲੂਪ ਆ? 12 ਆ ਇਹ ਕਿੰਨੇ 50 ਹੋਣਗੇ ਜ਼ਿਆਦਾ ਹਨਾ ਮੁੱਕਦੇ ਹੀ ਨਹੀਂ ਹਨਾ। ਔਰ ਹਮ ਆਪਕੋ ਜੇ ਜਾਣੇ ਕੋਸ਼ਿਸ਼ ਕਰ ਰਹੇ ਹੈ ਜੋ ਅਭੀ ਪਿੱਛੇ ਸੇ ਹਮ ਲੋਕ ਆ ਰਹੇ ਹੈ ਜੋ ਦੂਸਰੇ ਕੈਮਰੇ ਮੈਂ ਮੈਨੇ ਬਤਾਇਆ ਹੈ ਤੇ ਯਹਾਂ ਬਹੁਤ ਘੱਟ ਲੂਪ ਆਤੇ ਹੈ। ਹਾਂਜੀ ਬੋਲੋ ਜੀ ਕਿਆ ਬਾਤ ਹੈ ਕਿਆ ਵਿਊ ਹੈ ਨਾ ਭਾਜੀ ਬਿਲਕੁਲ ਫਰੈਸ਼ ਵਾਟਰ ਦਾ ਵਿਊ ਹੈ ਜੀ ਇਹ। ਹਾਂਜੀ ਇਹ ਇਸ ਤੋਂ ਬੋਲਦੇ ਕ੍ਰਿਸਟਲ ਕਲੀਅਰ ਵਾਟਰ ਔਰ ਇਹ ਦੇਖੋ ਟਰੱਕ ਫਰੈਸ਼ ਵਾਟਰ ਕਾ ਲੋਡ ਕਰ ਰਿਹਾ ਹੈ ਫਰੈਸ਼ ਵਾਟਰ ਕੋ ਆਰਮੀ ਕੇ ਜਾ ਰਿਹਾ ਲੱਗਦਾ ਆਰਮੀ ਕੇ ਲਈ ਬਸ ਆਰਮੀ ਅੱਬੀ ਇਸ ਟਰੱਕ ਹੈ ਫਰੈਸ਼ ਵਾਟਰ ਯਹਾਂ ਸੇ ਲੈ ਕੇ ਜਾ ਰਹੇ ਹੈ ਪੀਨੇ ਵਾਲਾ ਪਾਣੀ ਜੋ ਸਾਫ ਹੈ। ਹਾਂਜੀ ਹਾਂਜੀ ਅਭੀ ਆਗੇ ਹਮ ਲੋਕ ਜਾ ਨਹੀਂ ਸਕਤੇ ਜ਼ਿਆਦਾਤਰ
ठीक है जी। तो हमारे दो तीन राइडर पीछे आ रहे हैं और ये हमारे बाइक खड़े हुए सामने, तो जहाँ हवा का बहाव बहुत तेज है, शायद विंड ब्लास्ट की वजह से थोड़ा बहुत वॉइस में थोड़ा सा प्रॉब्लम आ रहा होगा। तो ये है हमारे दोनों के इंटरसेप्टर, अमेजिंग, बहुत अच्छी परफॉर्मेंस कर रहे हैं बाइक, दोनों बाइक नंबर वन। अगर मेरे को भाजी एक गल सुने, जो अपने बाइक खड़े आने नंबर देने चाहते हैं, दस के कितने नंबर देने चाहते हैं? सत्त। दस नहीं दे सकते क्यों? एडवेंचर बाइक नहीं है जे, क्रूजर बाइक है, टूरिंग ला लो, क्रूजर ला लो। तो ठीक है जी गाइज, आगे जाके मिलते हैं, ठीक है जी, बाय। हेलो जी, विंटेज राइडर यूट्यूब चैनल की तरफ से आप सबका स्वागत है। अभी हम हैं स्पीति में, पाजी केड़ी जगह जी है? ये ताबू तो आगे थोड़ी जी जगह। हाँ जी, स्पीति नु जा रहे हो ते इत्थे बड़ा बहुत ही बढ़िया व्यू आ, देखो नाल घूम चलो, क्या व्यू देखो ना, वाह जी वाह। ਭਾਜੀ ਇਹ ਜਗ੍ਹਾ ਦਾ ਨਾਂ ਕੀ ਹੈ, ਕੀ ਕੀ ਇਹਦਾ ਲਿਖਿਆ ਇੱਥੇ? ਇਥੇ ਲਿਖਿਆ ਕੋਮਿਕ ਹਾਈਐਸਟ ਮੋਟਰ ਵਿਲੇਜ ਇਨ ਦਾ ਵਰਲਡ, ਤੇ 15000 ਫੁੱਟ ਤੇ ਉੱਪਰ ਆ ਜੀ ਇਹ। ਅੱਛਾ ਜੀ, ਹਾਂਜੀ ਲਿਖਿਆ ਜੀ ਕੋਮਿਕ ਹਾਈਐਸਟ ਮੋਟਰਬਲ ਮੋਟਰੇਬਲ ਵਿਲੇਜ ਇਨ ਦਾ ਵਰਲਡ, 15050 ਫਿਟ ਹਾਈਟ ਦੇ ਆ ਜੀ। ਵਾਹ ਜੀ ਵਾਹ, ਇਹ ਬੋਰਡ ਲੱਗਾ ਇੱਥੇ, ਬਾਕੀ ਤੁਹਾਨੂੰ ਇੱਥੋਂ ਅੱਗੇ ਕਾਜ਼ਾ ਹੋਏਗਾ 40 ਕਿਲੋਮੀਟਰ ਹੋਰ, 40 ਕਾਜ਼ਾ 40 ਕਿਲੋਮੀਟਰ। ਹਾਂਜੀ, ਅਸੀਂ ਕਾਜ਼ਾ ਜਾ ਰਹੇ ਹਾਂ, ਬਾਕੀ ਉੱਥੇ ਦੀ ਸਿਨਰੀ ਦੇਖ ਕੇ ਫਿਰ ਤੁਹਾਨੂੰ ਅਪਡੇਟ ਕਰਾਂਗੇ। ਠੀਕ ਹੈ ਜੀ, ਬਾਕੀ ਮਾਹੌਲ ਦਿਖਾ ਦਈਏ, ਘੁੰਮ ਕੇ ਸਾਰਾ ਜੀ ਉੱਪਰ ਦੀ, ਦੇਖੋ ਜੀ ਪਹਾੜੀਆਂ ਦੇ ਵਿੱਚ ਖੜੇ ਹਾਂ ਇੱਥੇ ਐਨ ਸੈਂਟਰ, ਕਿਉਂ ਭਾਜੀ ਪਹਾੜੀਆਂ ਇੱਦਾਂ ਜਿੱਦਾਂ ਭਾਜੀ ਨਾ ਜਿੱਦਾਂ ਆਪਣੇ ਪੈਰਾਮਿਡ ਬਣੇ ਹੁੰਦੇ ਹੈ ਨਾ? ਦੇਖੋ ਇੱਕ ਉੱਧਰ ਤਾਂ ਰੰਗ ਆ ਭਾਜੀ, ਹੈ ਦੇਖੋ ਮਾਰੇ ਨੇ ਕੀ ਬਣਾਇਆ ਬੰਦੇ ਵਾਸਤੇ, ਅਸੀਂ ਇੱਕ ਮਾੜੀ ਚੀਜ਼ ਬਣਾ ਦਈਏ, ਹਾਏ ਮੈਂ ਬਣਾਇਆ, ਹਾਏ ਮੈਂ ਬਣਾਇਆ, ਹੈ ਸਭ ਕੁਦਰਤ ਦੀ ਇਹ ਗੈਰ ਕੁਦਰਤ ਵਸਿਆ ਤਰ੍ਹਾਂ ਤਰ੍ਹਾਂ ਦਾ ਲੱਗਿਆ। ਹਾਂਜੀ ਹਾਂਜੀ, ਮਾਰੇ ਨੇ ਤਾਂ ਫਿਰ ਸਿਰਾ ਹੀ ਲਾਤਾ। ਚਲੋ ਠੀਕ ਹੈ ਜੀ, ਅੱਗੇ ਜਾ ਕੇ ਮਿਲਦੇ ਹਾਂ।